इस बंदे ने रेता बेचिया, चिटे दिया कुड़िया बेचिया, लोगों के परचे पाया, लोगों नु जलील किया, लोगों के बिजनेस खोए, इन्हें गुंडा बदमाशी की है, होर इन्हें कख नहीं किया। तो तुम दस दौ कि तुहाडे भरा सिद्धू ने किसी एक बंदे के उत्ते सारे अमृतसर च परचा पाया हो सिद्धू राजनीति छड़न हो गया। सो यह जिहड़ी लड़ाई है ना, यह लड़ाई सिर्फ इस माफिया राज नूं खत्म करन दी है, एक बदलाव लियाउण दी है। और मैं तुहानूं अज इक गल कह दिंदा, जे ते घर घर चिट्टा वेचणा, जे ते घर घर नशा पाउणा, जे बदमाशियां करवाउणियां, इह बिजनेस खोऊ, इह फरौकियां करूं, इह रात नूं फोन करके लोकां दे घरे थानेदार भेजू, डंडिया नाल कटवाऊ, और लंबू इथों 25,000 रुपए ठोके जाएगा जा मैं तेन
23 तरीक ਨੂੰ ਜਦੋਂ ਤੂੰ ਅਰੈਸਟ ਹੋਇਆ ਤੇਰੇ ਪਿੱਛੇ ਪਤਾ ਲੱਗੂਗਾ ਉਹਦੇ ਪਿੱਛੇ ਲੱਗਿਆ ਹੋਊਗਾ ਆਨ ਮਿਲੋ ਸੱਜਣਾ ਤਾ 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 ਸਰਦਾਰ ਨਵਜੋਤ ਸਿੰਘ ਸਿੱਧੂ ਸਰਦਾਰ ਨਵਜੋਤ ਸਿੰਘ ਸਿੱਧੂ ਇਹ ਸਾਰੇ ਚੋਰ ਇਕੱਠੇ ਇਸ ਕਰਕੇ ਹੋਏ ਆ ਇਹਨਾਂ ਨੂੰ ਲੱਗਦਾ ਵੀ ਸਿੱਧੂ ਪ੍ਰਧਾਨ ਜੀ ਆ ਗਿਆ ਤੇ ਇਹਨਾਂ ਦੀਆਂ ਦੁਕਾਨਾਂ ਬੰਦ ਇਹਨਾਂ ਦਾ ਰੇਤਾ ਖਾਣਾ ਬੰਦ ਇਹਨਾਂ ਦਾ ਰੇਤਾ ਖਾਣਾ ਬੰਦ ਤੁਹਾਨੂੰ 1000 ਰੁਪਏ ਟਰਾਲੀ ਜਿਹੜੀ ਅੱਜ 5000 ਦੇ ਸਿੱਧੂ ਆ ਗਿਆ ਤੇ ਇਹਨਾਂ ਨੂੰ ਡਰ ਹੈ ਕਿ ਹਰੇਕ ਮੇਰੀ ਧੀ ਭੈਣ ਮੇਰੀ ਮਾਂ ਨੂੰ ਇੱਕ ਮਹੀਨੇ ਦਾ 1100 ਰੁਪਈਆ ਨਾਲੇ 8 ਸਿਲੰਡਰ ਫ੍ਰੀ ਇਹ ਨਾ ਦਊ ਨੀਵੇਂ ਥਾਵੇਂ ਪਾਇਓ ਨੀਵੇਂ ਥਾਵੇਂ ਪੰਜਵੀਂ ਪੜੂ 5000 ਅੱਠਵੀਂ ਪੜੂ 10000 ਬਾਰਵੀਂ ਪੜੂ 15000 ਨਾਲ ਕੰਪਿਊਟਰ ਇਹਨੂੰ ਪੁੱਛ ਤੇਰੀ ਕੀ ਅਚੀਵਮੈਂਟ ਹੋਵੇ ਮੈਂ ਇਹਨੂੰ ਕਹਿੰਦਾ ਟਾਂਗੇ ਬਾਂਸ ਦਾ ਦਰਖਤ ਦੇਖਿਆ ਨਾ ਉੱਚਾ ਲੰਮਾ ਹੁੰਦਾ ਅੰਦਰੋਂ ਖੋਖਲਾ ਤੇ ਉਹ ਜਿਹਾ ਬਾਂਸ ਦਾ ਦਰਖਤ ਤੇ ਸਿੱਧੂ ਗੰਨੇ ਵਰਗਾ ਹੈ ਅੰਦਰੋਂ ਵੀ ਮਿੱਠੂ ਮਿੱਠੂ ਤੇ ਬਾਹਰੋਂ ਵੀ ਮਿੱਠੂ ਮਿੱਠੂ ਮੈਂ ਕਹਿੰਦਾ ਉਹ ਛਾਤੀ ਠੋਕ ਕੇ ਕਹਿੰਦਾ ਲਾਡੋ ਪ੍ਰਧਾਨ ਉਹ ਲਾਡੋ ਪ੍ਰਧਾਨ ਤੇਰੇ ਇਸ ਵਾਰ ਚ ਮੈਂ 25 to 30 crore ਰੁਪਈਆ ਤੈਨੂੰ ਦਿੱਤਾ ਤੇ ਤੂੰ ਕੀ ਵਫਾ ਦਿਖਾਈ ਸਾਡੀ ਪਿੱਠ 'ਤੇ ਛੁਰਾ ਮਾਰਿਆ ਸਾਡੀ ਪਿੱਠ 'ਤੇ ਆ ਬਾਹਾਂ ਖੜੋਤੀਆਂ ਸਿੱਧੂ ਦੀਆਂ ਆ ਸੀਪਾ ਆ ਮੰਤੀ ਆ ਅਮਰ ਇਹ ਸਾਰੇ ਖੜੋਤੇ ਆ ਗੋਇੰਦਾ ਪਰਮਜੀਤ ਰਾਮਪਾਲ ਇਹ ਸਭ ਖੜੋਤੇ ਆ ਆ ਵੇਖੋ ਆ ਦੇਖੋ ਮੈਂ ਇਹ ਵਿਆਹ ਕਰਾਉਣ ਤੋਂ ਬਾਅਦ ਵੀ ਮੁੱਛਾਂ ਖੜੀਆਂ ਕੀਤੀਆਂ ਮੈਂ ਤਾਂ ਜਾਦਾ ਕਰਾਇਆ ਭਾਈ ਬਾਹਰ ਘੁੰਮਾ ਕਿੱਡਾ ਹੀ ਬੱਬਰ ਸ਼ੇਰ ਘਰੇ ਜਾ ਕੇ ਤੇ ਮੈਂ ਉਵੇਂ ਕਰੀ ਦੀ ਇਸ ਕਰਕੇ ਜੇ ਤੇ ਆਪਣੇ ਬੱਚੇ ਨਸ਼ਿਆਂ ਤੋਂ ਬਚਾ ਕੇ ਰੱਖਣੇ ਜੇ ਵਿਕਾਸ ਚਾਹੀਦਾ ਇਹ ਤੇ ਉੱਡ ਕੇ ਜਿਵੇਂ ਕਬੂਤਰ ਆਉਂਦੇ ਹੁੰਦੇ ਆ ਇੱਧਰ ਉੱਧਰ ਇਹ ਹਲਕੇ ਦਾ ਵਿਕਾਸ ਕਰ ਥੋੜਾ ਨਾ ਆਇਆ ਇਹਦੇ 35-40 ਚੋਰ ਰਲ ਕੇ ਅਲੀ ਬਾਬਾ 40 ਚੋਰ ਰਲ ਕੇ ਨਵਜੋਤ ਸਿੱਧੂ ਨੂੰ ਹਰਾਉਣ ਆਇਆ ਤੇ ਨਵਜੋਤ ਸਿੰਘ ਸਿੱਧੂ ਤੇਰੇ ਤੋਂ ਨਹੀਂ ਹਾਰਨਾ ਉਹ ਟਾਂਗਿਆ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਜਿਤਾਊਗੀ ਔਰ ਨਵੇਂ ਪੰਜਾਬ ਦੀ ਨੀਂਹ ਪਾਊਗੀ ਸਰਦਾਰ ਨਵਜੋਤ ਸਿੰਘ ਸਿੱਧੂ ਸਰਦਾਰ ਨਵਜੋਤ ਸਿੰਘ ਸਿੱਧੂ ਇਹ ਗੁਰੂ ਦੀ ਬੇਅਦਬੀ ਕਰਾਉਣ ਵਾਲਿਆਂ ਨੂੰ ਕਦੇ ਭਾਗ ਨਹੀਂ ਲੱਗਣੇ ਤੁਹਾਡੇ ਅਦਾਲਤਾਂ 'ਚ ਫੈਸਲੇ ਹੋਣ ਨਾ ਹੋਣ ਲੇਕਿਨ ਅੰਮ੍ਰਿਤਸਰ ਈਸਟ ਦੀ ਇਸ ਜਨਤਾ ਦੀ ਅਦਾਲਤ ਦੇ ਵਿੱਚ ਫੈਸਲਾ ਹੋਏਗਾ ਠੋਕੇ ਹੋਏ ਇਸ ਕਰਕੇ ਮੈਂ ਤੇ ਆਉਂਦਾ ਰਹੂ ਤਗੜੇ ਹੋ ਜਾਓ ਘਰ ਘਰ ਜਾਓ ਤੇ ਕਹੋ ਕਿ ਰਾਜਾ ਜੇ ਵਪਾਰੀ ਹੋ ਜੇ ਤੇ ਜਨਤਾ ਨੂੰ ਖਤਰਾ ਹੈ ਤੇ ਰਾਜਾ ਜੇ ਚਿੱਟੇ ਦਾ ਵਪਾਰੀ ਹੋ ਜੇ ਤੇ ਅਗਲੀ ਪੀੜ੍ਹੀ ਨੂੰ ਖਤਰਾ ਹੈ ਮੇਰਾ ਇਲੈਕਸ਼ਨ ਅਗਲੇ ਇਲੈਕਸ਼ਨ ਵਾਸਤੇ ਨਹੀਂ ਮੇਰਾ ਇਲੈਕਸ਼ਨ ਅਗਲੀ ਪੀੜ੍ਹੀ ਦੇ ਵਾਸਤੇ ਅਗਲੀ ਪੀੜ੍ਹੀ ਜਿੰਨਾ ਕਾਮਾ ਜਿੰਨਾ ਮਜ਼ਦੂਰ ਜਵਾਨ ਦਿੰਦਾ ਨਵਜੋਤ ਸਿੰਘ ਸਿੱਧੂ ਕਿ 40 to 50 hazaar ਰੁਪਈਏ 5 lakh ਬੰਦਿਆਂ ਨੂੰ ਪੰਜਾਬ ਦੇ ਵਿੱਚ ਹਰ ਸਾਲ 1-1 lakh ਬੰਦੇ ਨੂੰ ਇਹ ਰੋਜ਼ਗਾਰ ਮਿਲੇਗਾ ਔਰ ਠੋਕ ਦੇ ਕਹਿੰਦਾ ਸਿੱਧੂ ਦੀ ਇੱਕ ਮੈਨੂੰ ਉਪਲਬਧੀ ਦੱਸੋ ਹੈ ਝੂਠ ਬੋਲੇ ਕਊਆ ਕਾਟੇ ਮੈਂ ਇਹਨੂੰ ਕਹਿੰਦਾ ਤੂੰ ਆਪਦੇ ਬਾਪ ਦਾਦੇ ਨਕੜ ਦਾਦੇ ਚੱਕੜ ਦਾਦੇ ਤੇ 35 ਪੁਸ਼ਤਾਂ ਦੇਖ ਤੇ ਜੇ 35 ਪੁਸ਼ਤਾਂ ਦੇ ਵਿੱਚੋਂ
बाबे ने आशीर्वाद ने किसी ने करतारपुर का लांघा खिलाया हो मेरे नाल गल करी हो तेरा भी इतिहास के कालक पुत के तेरा नाम लिखा जाऊगा कि तू चिट्टा वेचण वाला सी तू रेता खाण वाला सी तू लोगों के पर्चे पवाण वाला सी तू फरौतियां करण वाला सी तू लोगों के बिजनेस खोण वाला सी ते तू सब तो वड्डी तेरी उपलब्धि तू सुखबीर का सड़ा सुसड़ा करता सी धौलां वाला ठोको धड़का मैं धन्यवाद करता तो सारे दा। और सब तो वड्डी खुशी मैनू इस गल की है भी मेरा परिवार कट्ठा मैं कहना पोगैम्बो के 25 साल पहला खुश हुंदा सी लेकिन अज सरदार खुश हुआ क्योंकि आ खड़ोते हैं सारे आ सारे खड़ोते हैं अमर भगवान नू खरीदन आए सी महंती नू खरीदन आए सी ते महंती ते अमर ने कहा सीपे ने कहा कि सारी कायनात दे मोती इत्थे साडे कोल बिछा दी फिर भी असी नवजोत सिंह सिद्धू दा साथ नहीं छड्डा। मैं रामपाल नूं लाई दिंदा इह कहिंदा सिद्धू साहब ये लड़ाई लड़न का समा है ये शिकायतां करन का समा नहीं पहला असी इस गुंडे नूं भजावांगे इथों ते फिर गल करां खबरदार ओए जे किसे मेरे वर्कर नूं झाकिया नहीं मैं तेरियां अखां कर लूंगा याद रखी इत्थे गुंडागर्दी नहीं चलन देनी शर्त तेरे बंब देंगे बला ते नारा चलेगा हुण कोठे ते तोता बहन नहीं देना जीजा साला रह असली बंदा जीजू है ना जीजू झोटा मारांगे चिचड़ आपे मर जाना बोले सोनिहा जय करणवीर बजरंगी इस तरह जानवर जदों सहकदा ना ते जुआं भी छड़ के भज जांदियां ए पकौड़ा होके आया ए जूं है जूं सुखबीर दी ओ सहकदा अकाली दल खाली दल होई तुरी जांदा इहनां नूं लगदा वी जे सिद्धू आ गया बदलाव करू जे सिद्धू आ गया नवा सिरजन करू इस करके ये बहुत जरूरी है कि लोग ये सोचण और ये देखण ये की षड्यंत्र चल रहा असी झोटा मारना झोटा चिचड़ आपे मर जाने मजीठिए वर्गे यदि तो कोई औकात ही है नहीं तो मैं ये भी कह रहा और छाती ठोक के कह रहा कि पंजाब मॉडल बदलेगा माफिया राज घबराया होया रातां दी नींद उड्डी है और वो माफिया राज कट्ठा होके जड़ा बदलाव करूगा ओनू ढाउण आया गन्ने चूपण नूं बांदरी डंडे खाण नूं रिच इस करके आउण वाला समां पंजाब दे भविख दा पंजाब दे नौजवान दे भविख दा असीं ऐसा मैनीफेस्टो देंगे तुहानूं जिहड़ा हर वर्ग दे लई 5000 वादे नहीं करेगा औरतां नूं 1100 8 सिलेंडर फ्री बच्चियां दी पढ़ाई 2% जमीन उन्होंने ना ने जड़ा जमीन ट्रांसफर कराऊ रजिस्ट्री फ्री 5 लाख लोगों रोजगार 40 to 50,000 रुपये शहर के बंदे अर्बन इंप्लॉयमेंट गारंटी मिशन शहर के लिए कारोबारियों के लिए व्यापारियों के लिए इंस्पैक्टर राज खत्म वैट के रिफंड पूरे वड्डे व्यापारियों के लिए बिजली जिथों मर्जी खरीद सकते ट्रांसमिशन करके देंगे सिंगल विंडो सिस्टम नाल काम होएगा सरकार लोगों के द्वार जाएगी जिन्ने लसेंस बर्थ सर्टिफिकेट डेथ सर्टिफिकेट घर के नक्शे
170 सर्विसेज करे बैठे देंगे। मैं ठोक के कहना सारा माफिया राज मुका के उन्हूं सेंटर दियां स्कीमां च पा के डबल करके देंगे और सोशल वेलफेयर स्कीमां च पावांगे। कांग्रेसी है जिहड़ा मैनूं कहिंदा सीगा वी दरवाजे बंद हो गए तां लत्तां पईआं, उह तां इंजन भी सीज़ होया पिआ, उह तां घरों नहीं बाहर निकलदा। उह तां इह देखदे आ वी जे सिद्धू आ गया साडे पोतड़े खोल दू। जरूरी मेरी गल नूं सुणो, ਤੁਸੀਂ ਕੱਚਾ ਸਮਝਦੇ ਹੋ ਮੇਰੀ ਗੱਲ ਨੂੰ ਸੁਣਿਆ। ਦੇਖੋ ਜਾਖੜ ਸਾਹਿਬ ਦਾ ਆਪਣਾ ਅਧਿਕਾਰ ਹੈ, ਅੱਜ ਲੋਕ ਵੋਟਾਂ ਪਾ ਰਹੇ ਆ, ਅੱਜ ਲੋਕ ਵੋਟਾਂ ਪਾ ਰਹੇ ਆ ਔਰ ਲੋਕਾਂ ਨੇ ਬਣਾਉਣਾ ਐਮ ਐਲ ਏ ਨੂੰ। ਜੇ ਐਮ ਐਲ ਏ ਬਣੇ ਤਾਂ ਹੀ ਮੁੱਖ ਮੰਤਰੀ ਬਣੂ, ਐਮ ਐਲ ਏ ਬਣਾਉਣੇ ਨਹੀਂ ਤੇ ਮੁੱਖ ਮੰਤਰੀ ਕਿਵੇਂ ਬਣ ਜੂ? ਹਾਂਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਜਾਖੜ ਸਾਹਿਬ ਜੋ ਮਰਜ਼ੀ ਕਹਿਣ, ਇਹ ਨਾ ਉਹਨਾਂ ਦੇ ਹੱਥ ਹੈ ਨਾ ਮੇਰੇ ਹੱਥ ਹੈ, ਪੰਜਾਬ ਦੇ ਲੋਕਾਂ ਦੇ ਹੱਥ। ਲੋਕ ਫੈਸਲਾ ਕਰਨਗੇ, ਅਸੀਂ ਪਾਲਿਸੀਆਂ ਦੇਈਏ, ਅਸੀਂ ਏਜੰਡਾ ਦੇਈਏ, ਅਸੀਂ ਕਰਨਾ ਕੀ ਹੈ ਉਹ ਤਾਂ ਦੱਸੀਏ। ਕਿਆ ਉਹ ਤਾਂ ਦੱਸ, ਗੱਲ ਤੇ ਆ ਜਿਹੜਾ ਦੱਸ ਦੂ ਚੰਗੇ ਤਰੀਕੇ ਨਾਲ ਲੋਕ ਉਧਰ ਨੂੰ ਤੁਰਨਗੇ। ਮੈਂ ਕਿਹਾ ਹਮੇਸ਼ਾ ਹੀ ਵਧੀਆ ਚੱਲਦੀ ਸੀ।